अस्सलाम वालेकुम जनाब। वालेकुम अस्सलाम वरहमतुल्लाह। जनाब की हाल है तुहाडा? अल्हम्दुलिल्लाह ठीक ठाक। अच्छा जनाब, मैं आया वहाँ स्पेशल गुजरांवाले तो। इस पिंड का मैं बड़ा नाम सुने कि कोट भवानी दास, और एदी मैं जिहड़ी बैकग्राउंड है, एदी जिहड़ी हिस्ट्री है 1947 दी वंड तो पहला, कि एदी हकायक की ने, और यह जिहड़ी साडे पिछे हवेली असी वेहने आ पै रामचंद दी, और असी तुहाडी जबानी सुनना चाहवांगे कि यह जिहड़ी हवेली है एदी हकीकत की है। बिस्मिल्लाह रहमान रहीम जी, शुक्रिया जनाब जी तशरीफ आवरी का, असी तुहानू वेलकम कहने। असी आतफ ना है मेरा जी, कोट भाणी दास का मैं रहने वाला, आ भाई मेरा बैठा है। ये रामचंद इस दा नाम सी, ये हवेली भी जिहड़ी तुहानू तुसी मेरे पिछे विंदियो पै इन्हें तमीर की सी, ये एक इहदी बेटी सी ते दो इहदे बेटे सन। ठीक है। ते ज़्यादा खतरी सी ते चंगा तगड़ा इंसान सी। इहदी एक मशीरा सी, ना ते उहदा मैनूं नहीं याद, अलीपुर चिठे ना उह व्याही सी। ਉਹ ਉਹਦਾ ਜਿਹੜਾ ਮੀਆਂ ਸੀ ਨਾ, ਉਹ ਵੀ ਬੜਾ ਅਮੀਰ ਆਦਮੀ ਸੀ, ਬਹੁਤ ਜ਼ਿਆਦਾ ਅਮੀਰ ਆਦਮੀ ਸੀ। ਉਹ ਫੋਤ ਹੋ ਗਿਆ ਅਤੇ ਉਹਦੀ ਜਿਹੜੀ ਇਹਦੀ ਭੈਣ ਸੀ ਰਾਮਚੰਦ ਦੀ, ਉਹ ਸਾਰਾ ਸਮਾਨ ਵੀ ਨਾ ਉਹ ਇੱਥੇ ਲੈ ਕੇ ਆ ਗਈ ਆਪਣੇ ਭਾਈ ਦੇ ਕੋਲ। ਉਸ ਤੋਂ ਬਾਅਦ ਇਹ ਅਸੀਂ ਤਾਂ ਨਹੀਂ ਵੇਖਿਆ, ਲੇਕਿਨ ਅਦਾਲਤ ਲਾਉਂਦਾ ਸੀ ਅਤੇ ਇਹ ਜਿਹੜੀ ਇਹ ਹਵੇਲੀ ਇਹ ਬਣਾਈ ਵੀ ਨੇ ਆਪਣੇ ਕੋਲ ਬਹਿ ਕੇ ਆਪਣੀ ਨਿਗਰਾਨੀ ਦੇ ਨਾਲ। ਔਰ ਇਸ ਤਰ੍ਹਾਂ ਦਾ ਕੰਮ ਇੱਥੇ ਹੋਇਆ ਕਿ ਅਸੀਂ ਆਪ ਵੇਖ ਕੇ ਨਾ ਆਰਾਮ ਅਤੇ ਪਰੇਸ਼ਾਨ ਰਹਿ ਜਾਂਦੇ ਹਾਂ। ਸੁਣਨ ਅੰਦਰ ਗੱਲ ਆਈ ਹੈ ਕਿ ਇਹ ਇੱਟ ਜਿਹੜੀ ਹੈ ਨਾ ਉਹ ਖਤਮ ਹੋ ਗਈ ਅਤੇ ਮਿਸਤਰੀ ਬੈਠੇ ਸਨ ਅਤੇ ਆਇਆ ਆ ਕੇ ਪੁੱਛਦਾ ਕਿ ਕੀ ਗੱਲ ਬੈਠੀ। ਉਹਨੇ ਹਜੀ ਇੱਟ ਜਿਹੜੀ ਹੈ ਨਾ ਖਤਮ ਹੋ ਗਈ, ਉਹਨੇ ਆਖਿਆ ਇੱਟ ਲੈ ਵੋ, ਉਹਨੇ ਆਖਿਆ ਜੀ ਉੱਥੋਂ ਵੀ ਖਤਮ ਹੋ ਗਈ। ਉਹਨੇ ਫਿਰ ਨਾ ਭੱਠਾ ਇੱਟਾਂ ਦਾ ਆਪਣਾ ਹੀ ਪਾ ਲਈਏ ਅਤੇ ਫਿਰ ਕੰਮ ਚੱਲਣਾ। ਫਿਰ ਇਹਨੇ ਆਪਣਾ ਭੱਠਾ ਆਪ ਬਣਾਇਆ, ਇੱਟਾਂ ਪਾਈਆਂ, ਫਿਰ ਇੱਟਾਂ, ਫਿਰ ਮੁਖਤਲਿਫ ਕਿਸਮ ਦੇ ਮਾਹਰ ਕਾਬਲ ਜਿਹੜੇ ਨੇ ਮਿਸਤਰੀ, ਔਰ ਅਸੀਂ ਤਾਂ ਕਹਾਂਗੇ ਇੰਜੀਨੀਅਰ, ਔਰ ਇੱਡੀਆਂ ਇੱਡੀਆਂ ਚੌੜੀਆਂ ਦੀਵਾਰਾਂ ਨੇ, ਇੱਟ ਹਲੀ ਤੱਕ ਜਿਹੜੀ ਇਹਨਾਂ ਦੀ ਉਸੇ ਤਰ੍ਹਾਂ ਮਜ਼ਬੂਤ ਹੈ, ਔਰ ਨਕਸ਼ੋ ਨਗਾਰ ਜਿਹੜੇ ਨੇ ਅੰਦਰੋਂ ਵੇਖਿਆ ਜਾਏ ਉਹ ਉਸੇ ਤਰ੍ਹਾਂ ਨੇ, ਡਿਜ਼ਾਇਨ ਵੀ ਇੱਟਾਂ ਦੇ ਵਿੱਚ ਹੀ ਨਿਕਲਿਆ ਡਿਜ਼ਾਇਨ ਵੀ। ਔਰ ਉਸ ਤੋਂ ਬਾਅਦ ਔਰ ਇਹਨੇ ਨਹਾਉਣ ਵਾਸਤੇ ਆਪਣਾ ਇੱਕ ਇੱਥੋਂ ਇੱਕ ਕਿਲੋਮੀਟਰ ਦੇ ਫਾਸਲੇ 'ਤੇ ਤਲਾਬ ਬਣਾਇਆ। ਉਹ ਤਲਾਬ ਅਸਾਂ ਵੇਖਿਆ, ਉੱਥੇ ਇਹ ਜਾ ਕੇ ਨਾ ਇਹ ਮਤਲਬ ਕਿ ਇਸ਼ਨਾਨ ਕਰਦੇ, ਇਸ਼ਨਾਨ ਕਰਦੇ ਹੁੰਦੇ ਸਨ। ਅਤੇ ਇਹ ਜਦੋਂ ਫਿਰ ਇਹ ਜ਼ਿਆਦਾ ਉਮਰ ਦਾ ਹੋ ਗਿਆ, ਸਿਆਣੀ ਉਮਰ ਦਾ ਹੋ ਗਿਆ, ਇਹਨਾਂ ਨੇ ਫਿਰ ਬਹਿ ਕੇ ਆਪਣੇ ਜਾਇਦਾਦ ਦੀ ਤਕਸੀਮ ਦਾ ਕੀਤਾ। ਅਤੇ ਇਹਨਾਂ ਨੇ ਫਿਰ ਭਰਾਵਾਂ ਨੇ ਇਹ ਗੱਲ ਆਖੀ ਹੈ ਕਿ ਸਾਡੀ ਭੈਣ ਹੈ ਇੱਕੋ ਹੀ ਅਤੇ ਇਹਨੂੰ ਪੁੱਛ ਲਓ। ਅਤੇ ਉਹਨੇ ਆਖਿਆ, ਉਹ ਅੱਗੋਂ ਆਪਣੀ ਸਹੇਲੀਆਂ ਕੋਲ ਪੁੱਛਣ ਲੱਗ ਪਈ ਹੈ ਕਿ ਆਹ ਗੱਲ ਹੈ। ਉਹਨੇ ਆਖਿਆ, ਅੱਬੂ ਜੀ ਮੇਰੀਆਂ ਸਹੇਲੀਆਂ ਇਹ ਗੱਲਾਂ ਦੀਆਂ ਨੇ ਕਿ ਤੂੰ ਘੋੜੀ 'ਤੇ ਬਹਿ ਕੇ ਸਫ਼ਰ ਕਰ, ਜਿਹੜਾ ਜਿਹੜਾ ਇਲਾਕਾ ਆਏਗਾ ਨਾ ਉਹੀ ਤੇਰੇ ਨਾਂ ਹੋਏਗਾ। ਇਹ ਫਿਰ ਸਾਰਾ ਇਲਾਕਾ ਜਿਵੇਂ ਜਿਵੇਂ ਉਹਨੇ ਸਫ਼ਰ ਕੀਤਾ ਨਾ, ਇਹ ਫਿਰ ਉਹਦੇ ਨਾਂ ਭਵਾਨੀ ਦੇ ਨਾਂ ਨਾ ਮੁੰਤਕਿਲ ਹੋ ਗਿਆ। ਜਦਕਿ ਉਹਦੇ ਦੋ ਭਾਈ ਸਨ, ਉਹਨਾਂ ਇੱਕ ਦਾ ਨਾਂ ਸੀ ਲੱਦਾ, ਦੂਜੇ ਦਾ ਨਾਂ ਤਰਗਾ। ਉਹ ਨਾਲ ਹੀ ਦੋ ਪਿੰਡ ਨੇ ਉਹਨਾਂ ਦੇ ਜਿਹੜੇ ਨੇ ਨਾ, ਮਤਲਬ ਕਿ ਨਾਂ ਤੋਂ ਫਿਰ ਉਹ ਦੋ ਪਿੰਡ ਵੀ ਲੱਦਾ ਤਰਗਾ ਦੋ ਭਰਾ ਅਤੇ ਇਹ ਉਹਨਾਂ ਦੀ ਭੈਣ ਅਤੇ ਭਵਾਨੀ ਦਾਸ। ਇਹ ਉਸ ਭੈਣ ਦੀ ਵਜ੍ਹਾ ਤੋਂ ਇਹ ਪਿੰਡ ਦਾ ਨਾਂ ਪਿਆ, ਉਹਦੀ ਨਾ ਭੈਣ ਦੀ ਵਜ੍ਹਾ ਤੋਂ, ਉਹਦੀ ਬੇਟੀ ਦੀ ਵਜ੍ਹਾ ਤੋਂ ਨਾ ਇਹ ਮਤਲਬ ਨਾ ਕਿ ਨਾਂ ਪਿਆ। ਅੱਛਾ। ਪਾਕਿਸਤਾਨ ਬਣਨ ਤੋਂ ਪਹਿਲਾਂ ਨਾ ਹੇਰ ਰਹਿੰਦੇ ਸਨ, ਹੇਰ ਇੱਕ ਜ਼ਾਤ ਜੱਟਾਂ ਦੀ। ਠੀਕ ਹੈ। ਉਹ ਇਸ ਪਿੰਡ ਦੇ ਵਿੱਚ ਨਾ ਜ਼ਿਆਦਾ ਸਨ ਬਛਿੰਦੇ। ਠੀਕ ਹੈ। ਅਤੇ ਉਹ ਫਿਰ ਨਾਲ ਉਹਨਾਂ ਨੇ ਨਾ ਫਿਰ ਜਦੋਂ ਪਾਕਿਸਤਾਨ ਦੀ ਤਕਸੀਮ ਹੋ ਗਈ, ਨਾਲ ਹੀ ਫਿਰ ਨਾ ਠੱਠਾ ਹੇਰਾਂ ਦਾ ਉਹਨਾਂ ਨੇ ਆਪਣਾ ਜਿਹੜਾ ਨਾ ਗਾਓ ਉਹਨੂੰ ਅਸੀਂ ਨਵਾਂ ਪਿੰਡ ਵੀ ਕਹਿੰਦੇ ਹਾਂ, ਲੇਕਿਨ ਠੱਠਾ ਹੇਰਾਂ ਦਾ ਜਿਹੜਾ ਨਾ ਉਹ ਮਿਸ਼ਰ ਹੋ ਗਿਆ। ਠੀਕ ਹੋ ਗਿਆ। ਇਹਦੇ ਸਰ ਇਹ ਜਿਹੜੀ ਸਾਈਡ ਮੈਂ ਵੇਹਨਾ ਪਿਆ, ਇਹ ਹੀ ਰਹਿ ਗਈ ਹੈ ਕਿ ਜਾਂ ਦੂਜੀ ਸਾਈਡ ਵੱਲ ਵੀ ਐਸੇ ਨਕਸ਼ ਨਗਾਰੀ ਮੌਜੂਦ ਹੈ? ਇਹ ਵਿੱਚ ਰਿਹਾਇਸ਼ ਰੱਖੀ ਹੈ, ਜਿਸ ਤਰ੍ਹਾਂ ਉਹਨਾਂ ਕੋਲ ਪੈਸੇ ਆਉਂਦੇ ਨੇ ਜਾਂ ਜ਼ਰੂਰੀਆਤ ਦੀ ਜ਼ਿੰਦਗੀ ਬਣਦੀ ਹੈ, ਉਹ ਥੋੜ੍ਹਾ ਥੋੜ੍ਹਾ ਢਾਈ ਜਾਂਦੇ ਨੇ, ਬਣਾਏ ਜਾਂਦੇ ਨੇ। ਐਡੀ ਤਗੜੀ ਹਵੇਲੀ ਹੈ ਕਿ ਇਹਨੂੰ ਕੋਈ ਢਾਹ ਨਹੀਂ ਸਕਿਆ, ਮਜ਼ਦੂਰ ਵੀ ਜਵਾਬ ਦੇ ਜਾਂਦੇ ਨੇ
ਲੇਕਿਨ ਜਿਵੇਂ ਜਿਵੇਂ ਉਹਨਾਂ ਦੀ ਜ਼ਰੂਰਤ ਹੈ ਜ਼ਿੰਦਗੀ ਉਸ ਤਰ੍ਹਾਂ ਨਾਲ ਉਹ ਬਣਾਈ ਜਾਂਦੇ ਨੇ ਬਣਾਈ ਜਾਂਦੇ ਨੇ ਬਿਲਕੁਲ ਜੀ ਵਾਕਈ ਅੱਜ ਵੀ ਇਹਦੀਆਂ ਦੀਵਾਰਾਂ ਔਰ ਅੱਛਾ ਜਿਹੜੀ ਇੱਥੇ ਮੈਂ ਸਭ ਨਾਲੋਂ ਯੂਨੀਕ ਚੀਜ਼ ਵੇਖੀ ਹੈ ਨਾ ਭਾਅ ਜੀ 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 ਉਹ ਇਹ ਵੇਖੀ ਜੇ ਕਿ ਇਹ ਜਿਹੜੇ ਪਿੱਲਰ ਨੇ ਇਹਨਾਂ ਨੇ ਬਣਾਏ ਜੀ ਜੀ ਇਹਨਾਂ ਦੇ ਵਿੱਚ ਨਾ ਇੱਕ ਛੋਟੇ ਛੋਟੇ ABC ਦੇ ਲਫ਼ਜ਼ ਲਿਖੇ ਨੇ ਜੀ ਜੀ ਉਹ ABC ਦੇ ਵਿੱਚ ਪਤਾ ਨਹੀਂ ਹੁਣ ਕੀ ਉਹਨਾਂ ਲਿਖ ਛੱਡਿਆ ਹੈ ਕਿਉਂਕਿ ਕੁਝ ਲਫ਼ਜ਼ ਜਿਹੜੇ ਨੇ ਇਹਨਾਂ ਵਿੱਚੋਂ ਗਿਰ ਗਏ ਨੇ ਲੇਕਿਨ ਇਹ ਛੋਟੇ ਛੋਟੇ ਬਿਲਕੁਲ ਨਾ ਇੱਕ ਜਿਸ ਤਰ੍ਹਾਂ ਛੋਟਾ ਜਿਹਾ ਟੇਮ ਨਹੀਂ ਹੁੰਦੀ ਉਸ ਤਰ੍ਹਾਂ ਉਹਦੇ ਉੱਤੇ ABC ਲਿਖੀ ਹੈ ਸਾਰੀ ਇਹ ਚੀਜ਼ ਹੈ ਜੀ ਕਿ ਇਹਦਾ ਮੈਂ ਕੀਤਾ ਸੀ ਰਿਸਰਚ ਕੀ ਚੀਜ਼ ਹੈ ਕਿਉਂ ਇਸ ਤਰ੍ਹਾਂ ਲਿਖਿਆ ਗਿਆ ਅੱਛਾ ਜਿਸ ਤਰ੍ਹਾਂ ਹੁਣ ਸਾਡੇ ਭੱਠਿਆਂ ਦੇ ਇੱਟ ਹੁੰਦੀ ਹੈ ਨਾ ਇੱਟ ਦੇ ਉੱਤੇ ਨਾ ਨਾਂ ਲਿਖਿਆ ਜਾਂਦਾ ਹੈ ਕਿ ਫਲਾਂ ਦਾ ਨਾਂ ਉਸ ਭੱਠੇ ਤੋਂ ਨਾਂ ਸੱਚਿਆਂ ਦਾ ਨਾਂ ਲਿਖਿਆ ਜਾਂਦਾ ਸੱਚਿਆਂ ਦੇ ਨਾਂ ਲਿਖੇ ਜਾਂਦੇ ਇਸ ਤਰ੍ਹਾਂ ਨਾ ਉਹ ਸੱਚਿਆਂ ਦੇ ਨਾਂ ਉਹਨਾਂ ਨਾਲ ABC ਦੇ ਨਾਂ ਨਾਲ ਕਿ ਜੀ ਪੜ੍ਹੇ ਲਿਖੇ ਲੋਕ ਨੇ ਪੜ੍ਹਿਆ ਲਿਖਿਆ ਦੀ ਹਵੇਲੀ ਹੈ ABC ਯਾਨੀ ਉਸ ਦੌਰ 'ਚ ਥੋੜ੍ਹਾ ਜਿਹਾ ਤਸਵਰਾਤੀ ਜ਼ਿੰਦਗੀ 'ਚ ਜਾਓ ਨਾ ਜਾਂ ਦੌਰ 'ਚ ਜਾਓ ਕਿ ਉਦੋਂ ABC ਕਿਸ ਤਰ੍ਹਾਂ ਦਾ ਲਫ਼ਜ਼ ਹੋਣਾ ਜਿਹੜਾ ਨਾ ਕਿ ਜੀ ਇੱਕ ਅਜੀਬ ਹੁੰਦਾ ਇਸ ਵਜ੍ਹਾ ਤੋਂ ਉਹਨਾਂ ਸੱਚੇ ਦੇ ਵਿੱਚ ਨਾ ਉਹਨਾਂ ਨੇ ਇਹ ਚੀਜ਼ ਨੂੰ ਲਿਖਿਆ ਸੀ ਅੱਛਾ ਸਰ ਮੈਂ ਪੁੱਛਣਾ ਚਾਹੁੰਦਾ ਵਾਂ ਕਿ ਇੱਥੇ ਜਦੋਂ ਰਾਮਚੰਦ ਦੀ ਰਿਹਾਇਸ਼ ਸੀ ਜੀ ਮੈਂ ਦੇਖ ਰਿਹਾ ਕਿ ਸਿਰਫ ਇਹ ਹਵੇਲੀ ਹੀ ਨਜ਼ਰ ਬਾਕੀ ਆਉਂਦੀ ਹੈ ਮੈਨੂੰ ਪਈ ਹੋਰ ਇਸ ਤੋਂ ਇਲਾਵਾ ਕੋਈ ਬਾਕੀਆਤ ਮੈਨੂੰ ਨਜ਼ਰ ਨਹੀਂ ਆ ਰਹੀਆਂ ਸਿਰਫ ਇੱਥੇ ਇੱਕ ਬਰੀਕ ਇੱਟ ਦੀ ਮੈਨੂੰ ਇੱਕ ਦੀਵਾਰ ਨਜ਼ਰ ਆ ਰਹੀ ਹੈ ਇਸ ਤੋਂ ਇਲਾਵਾ ਮੈਨੂੰ ਦੱਸੋ ਕਿ ਇੱਥੇ ਹੋਰ ਕਿਹੜੀਆਂ ਸ਼ੈਵਾਂ ਬਣੀਆਂ ਸਨ ਇਹ ਜਿਹੜੀ ਪਿੱਛੇ ਨਾ ਰਿਹਾਇਸ਼ ਸੀ ਉਹਨਾਂ ਦੀ ਆਹ ਜਿਹੜੀ ਤੁਹਾਨੂੰ ਪਿੱਛੇ ਤੁਸੀਂ ਅੱਗੇ ਵੀ ਤਸਵੀਰ ਬਣਾਈ ਹੈ ਹੁਣ ਵੀ ਬਣਾ ਰਿਹਾ ਇਹ ਉਹਨਾਂ ਦੀ ਜ਼ਾਤੀ ਰਿਹਾਇਸ਼ ਸੀ ਇੱਥੇ ਬੱਚੇ ਬੇਗਮ ਰਹਿੰਦੇ ਸਨ ਇਹ ਜਿਹੜੀ ਤੁਸੀਂ ਕਹਿ ਰਹੇ ਨਾ ਬਰੀਕ ਇੱਟ ਇਹ ਇੱਥੇ ਅਦਾਲਤ ਲੱਗਦੀ ਸੀ ਅੱਛਾ ਅੱਛਾ ਕਸ਼ਮੀਰ ਤੋਂ ਦਿੱਲੀ ਤੋਂ ਮੁਖਤਲਿਫ ਇਲਾਕਿਆਂ ਤੋਂ ਮੁਸਾਫਰ ਜਾਂ ਜਿਹੜੇ ਸਨ ਉਸ ਵਕਤ ਦੇ ਰਾਜੇ ਜਾਂ ਵਜ਼ੀਰ ਉਹ ਲੋਕ ਆ ਕੇ ਇੱਥੋਂ ਸਟੇਅ ਕਰਦੇ ਹੁੰਦੇ ਸਨ ਅਤੇ ਇਹਨਾਂ ਕੋਲ ਟਾਈਮ ਲੈਂਦੇ ਹੁੰਦੇ ਸਨ ਉਹ 2 ਰਾਤਾਂ 3 ਰਾਤਾਂ 4 ਰਾਤਾਂ ਜਿਵੇਂ ਜਿਵੇਂ ਵਕਤ ਦੇ ਨਾਲ ਉਹਨਾਂ ਰਹਿਣਾ ਉਹ ਇੱਥੇ ਇਹਨਾਂ ਨੇ ਆਪਣਾ ਨਾ ਸਾਰਿਆਂ ਦਾ ਨਾ ਮਹਿਮਾਨ ਖਾਨਾ ਇਹ ਬਣਾਇਆ ਸੀ ਉਹ ਅਦਾਲਤ ਲਾਉਂਦਾ ਸੀ ਅਤੇ ਫਿਰ ਉਹ ਲੋਕਾਂ ਨੇ ਆ ਕੇ ਉਹਨਾਂ ਨੇ ਸਿਆਣੇ ਲੋਕ ਜਾਂ ਜ਼ਹੀਨ ਲੋਕਾਂ ਨੇ ਉੱਥੇ ਆਪਣਾ ਇੱਥੇ ਆ ਕੇ ਰਹਿੰਦੇ ਹੁੰਦੇ ਸੀ ਇਸ ਵਜ੍ਹਾ ਤੋਂ ਉਹਨੇ ਡੇਰਾ ਟੈਪ ਆਪਣੀ ਛੋਟੀ ਇੱਟ ਬਣਾਈ ਅਤੇ ਸਰ ਇੱਥੇ ਅੱਜ ਵੀ ਕੋ ਹਿੰਦੂ ਲੋਕ ਆਉਂਦੇ ਨੇ ਇਸ ਜਗ੍ਹਾ ਨੂੰ ਵੇਖਣ ਵਾਸਤੇ ਕਿ 5-7 ਸਾਲ ਤੋਂ ਪਹਿਲਾਂ ਇਹਦੇ ਜਿਹੜੇ ਸਨ ਨਾ ਕੋਈ ਪਰਫੋਤੇ ਜਾਂ ਉਹ 10 ਸਾਲ ਤੋਂ ਪਹਿਲਾਂ ਉਹ ਉਹਨਾਂ ਨੂੰ ਉਹ ਆਏ ਸਨ ਲੇਕਿਨ ਇਹ ਜਿਸ ਤਰ੍ਹਾਂ ਤੁਸੀਂ ਸਾਡਾ ਚੈਨਲ 'ਤੇ ਤੁਸੀਂ ਕਰਦੇ ਹੋ ਨਾ ਪੈ ਇਸ ਤਰ੍ਹਾਂ ਉਹਨਾਂ ਤੱਕ ਸਾਡੀ ਨਾ ਗੱਲ ਪਹੁੰਚ ਜਾਂਦੀ ਹੈ ਉਹ ਬਸ ਨਾ ਕੋਈ ਬੱਚੇ ਸਮਝ ਜਾਂਦੇ ਨੇ ਉਹਨਾਂ ਦੇ ਜਾਂ ਕੋਈ ਕਈ ਸਮਝ ਜਾਂਦੇ ਨੇ ਕਈ ਨਹੀਂ ਸਮਝਦੇ ਲੇਕਿਨ ਉਹਨਾਂ ਨੂੰ ਉਹਨਾਂ ਦੀ ਨਸਲ ਹੈ ਉਹਨਾਂ ਨੂੰ ਪਤਾ ਹੈ ਕਿ ਸਾਡੀ ਇਮਾਰਤ ਉੱਥੇ ਹੈ ਇਹ ਕਨਫਰਮ ਆ ਅੱਛਾ ਇਹ ਕਨਫਰਮ ਹੈ ਇਸ ਤੋਂ ਇਲਾਵਾ ਸਿੱਖ ਯਾਤਰੀ ਜਾਂ ਜਿਹੜੇ ਹਿੰਦੂ ਯਾਤਰੀ ਨੇ ਉਹ ਵੀ ਕਦੀ ਵੈਸੇ ਰੌਣਕ ਲਾਉਂਦੇ ਨੇ ਹਾਂਜੀ ਆਏ ਸਨ ਕਾਫੀ ਅਰਸਾ ਹੋ ਗਿਆ ਆਏ ਸਨ ਲੇਕਿਨ ਮਤਲਬ ਕਿ ਨਾ 2-4 ਸਾਲ ਦੀ ਨਹੀਂ ਗੱਲ 8-10 ਸਾਲ ਹੋ ਗਏ ਨੇ ਉਦੋਂ ਉਹ ਆਏ ਸਨ ਸਿੱਖ ਵੀ ਆਏ ਗੱਲ ਇਹ ਵੇ ਨਾ ਕਿ ਆਹਿਸਤਾ ਆਹਿਸਤਾ ਇਹ ਚੀਜ਼ਾਂ ਉਂਝ ਹੀ ਜਿਹੜੀਆਂ ਨਾਯਾਬ ਹੁੰਦੀਆਂ ਜਾ ਰਹੀਆਂ ਨੇ ਔਰ ਜਿਸ ਤਰ੍ਹਾਂ ਜਿੱਦਤ ਪਸੰਦੀ ਆ ਗਈ ਹੈ ਹਰ ਚੀਜ਼ ਦੇ ਵਿੱਚ ਇਹ ਪੁਰਾਣੀਆਂ ਚੀਜ਼ਾਂ ਨੂੰ ਸ਼ਾਇਦ ਅੱਜ ਦੇ ਉਹ ਲੋਕ ਉਸ ਜ਼ਿਹਨ ਨਾਲ ਨਹੀਂ ਸੋਚਦੇ ਜਿਸ ਜ਼ਿਹਨ ਨਾਲ ਤੁਸੀਂ ਸਾਨੂੰ ਦੱਸਦੇ ਹੋ ਪਏ ਔਰ ਜਿੰਨੀ ਕੁ ਤੁਹਾਡੀ ਰਿਸਰਚ ਹੈ ਜਾਂ ਜਿੰਨਾ ਤੁਸੀਂ ਲੋਕਾਂ ਕੋਲੋਂ ਸੁਣਿਆ ਹੈ ਔਰ ਤੁਸੀਂ ਬੜੇ ਅੱਛੇ ਤਰੀਕੇ ਦੇ ਨਾਲ ਸਾਨੂੰ ਇਸ ਚੀਜ਼ ਦੀ ਰਹਿਨਮਾਈ ਕੀਤੀ ਹੈ ਜੀ ਇਹ ਰਾਮਚੰਦ ਦੀ ਰਿਹਾਇਸ਼ ਔਰ ਗਿਰਦੋ ਨਵਾਹ ਕਿਸ ਨਾਂ ਤੋਂ ਇਹ ਪਿੰਡ ਦਾ ਨਾਂ ਸੀ ਔਰ ਬੜਾ ਸਾਨੂੰ ਅੱਛਾ ਲੱਗਾ ਇਹ ਜਨਾਬ ਦੀ ਇਨਫੋਰਮੇਸ਼ਨ ਸਾਡੇ ਵਾਸਤੇ ਔਰ ਖਾਸ ਤੌਰ 'ਤੇ ਜਿਹੜੇ ਵਿਊਅਰਸ ਨੇ ਜਿਹੜੇ ਹਿੰਦੂ ਲੋਕ ਨੇ ਜਿਹੜੇ ਇਸ ਵੀਡੀਓ ਨੂੰ ਵੇਖਦੇ ਨੇ ਪਏ ਔਰ ਅਗਰ ਉਹਨਾਂ 'ਚ ਕੋਈ ਐਸਾ ਬੰਦਾ ਜਿਹੜਾ ਇਸ ਚੀਜ਼ ਨੂੰ ਗੁਜਰਾਂਵਾਲੋ ਤੋਂ ਤਕਰੀਬਨ 15 ਕਿਲੋਮੀਟਰ ਦੇ ਫਾਸਲੇ 'ਤੇ ਚੱਕ ਕੋਟ ਭਵਾਨੀ ਦਾਸ ਹੈ ਅਤੇ ਅਗਰ ਕੋਈ ਦੇਖ ਰਿਹਾ ਤਾਂ ਕਮੈਂਟ ਕਰੇ ਲਾਜ਼ਮੀ ਔਰ ਦੱਸੇ ਕਿ ਬਾਈ ਇਹ ਵਾਕਈ ਜਿਹੜੀ ਜਗ੍ਹਾ ਹੈ ਇਹ ਉਹਨਾਂ ਦੇ ਨਾਂ ਸੀ ਅਸੀਂ ਜਿਹੜੀ ਜਗ੍ਹਾ 'ਤੇ ਬੈਠੇ ਹਾਂ ਨਾ ਜੀ ਇਹ ਡੇਰਾ ਸਰਦਾਰ ਹਜ਼ੂਰ ਅਹਿਮਦ ਗੁੱਜਰ ਫੈਮਿਲੀ ਦੇ ਤਲਕ ਹੈ ਉਹਨਾਂ ਦੇ ਅੱਗੋਂ ਸਰਦਾਰ ਆਸਮ ਸਾਡੇ ਸਾਬਕਾ ਨਾਜ਼ਮ ਨੇ ਔਰ ਇਹ ਇਹਨਾਂ ਨੂੰ ਹੀ ਗੌਰਮੈਂਟ ਨੇ ਇਹ ਜਗ੍ਹਾ ਨਾ ਸਰਦਾਰਾਂ ਨੂੰ ਹੀ ਇਹ ਅਲਾਟ ਕੀਤੀ ਸੀ ਇਹਨਾਂ ਦਾ ਵੀ ਪਿੱਛੋਂ ਚੰਗਾ ਇੰਡੀਆ 'ਚ ਤਗੜਾ ਘਰ ਨਾਲ ਇੱਕ ਤਲਕ ਸੀ ਔਰ ਇਹਨਾਂ ਦੀ ਉੱਥੇ ਇੱਕ ਵਿਰਾਸਤ 'ਚ ਇੱਕ ਨਾਂ ਸੀ ਇਹਨਾਂ ਦਾ ਇਹ ਫਿਰ ਜਦੋਂ ਇਹ ਉੱਧਰ ਗਏ ਨੇ ਉਹ ਇੱਧਰ ਆਏ ਨੇ ਅਤੇ ਇਹ ਫਿਰ ਇਹਨਾਂ ਨੂੰ ਗੌਰਮੈਂਟ ਨੇ ਮਲਕੀਆ ਦਿੱਤੀ